ਸਵਾਗਤ ਗੱਲਾਂ ਤੇ ਗੀਤ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਗਗਨਦੀਪ ਸੌਂਦੀ ਔਰ ਜਦੋਂ ਅਸੀਂ ਗੱਲ ਅੱਜ ਦੇ ਦੌਰ ਦੀ ਕਰਦੇ ਆ ਅਸੀਂ ਸਿਹਤ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਆ ਅਸੀਂ ਸੰਜੀਦਗੀ ਦੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਮਨ ਦੇ ਵਿੱਚ ਆਉਂਦਾ ਕਿ ਸਾਡੀਆਂ ਬਨੇਰੀਆਂ ਤੇ ਮੋਰ ਕਿਉਂ ਨਹੀਂ ਬੋਲਦੇ ਆ ਵੀ ਜਦੋਂ ਘਟਾ ਕਣਕੋਰ ਕਿਉਂ ਨਹੀਂ ਬੋਲਦੇ ਪਿੰਡਾਂ ਵਾਲੀ ਮਿੱਟੀ ਵਿੱਚ ਪਹਿਲਾਂ ਵਾਲੀ ਮਹਿਕ ਨਾ ਤੋਤਿਆਂ ਟਟੇਰੀਆਂ ਦੀ ਪਹਿਲਾਂ ਵਾਲੀ ਟੈਕ ਨਾ ਚੰਦਰੇ ਕਾਂ ਚੂਰੀਆਂ ਤੇ ਚੋਰ ਕਿਉਂ ਨਹੀਂ ਬੋਲਦੇ ਤੇ ਸਾੜਿਆਂ ਬਨੇਰਿਆਂ ਤੇ ਮੋਰ ਕਿਉਂ ਨਹੀਂ ਬੋਲਦੇ ਮਿੱਟੀ ਦੀ ਗੱਲ ਹੈ ਵਾਤਾਵਰਨ ਦੀ ਗੱਲ ਹੈ ਆਲੀ ਦਿਵਾਲੀ ਦੀ ਗੱਲ ਹੈ ਜੇ ਸ਼ੁੱਧ ਹੋਏਗਾ ਤੇ ਮੋਰ ਵੀ ਬੋਲਣਗੇ ਹਰ ਪੰਛੀ ਚਹਿਚਾਏਗਾ ਪਰ ਜਦੋਂ ਤੱਕ ਗੱਲ ਸਿਹਤ ਉੱਤੇ ਆ ਕੇ ਟੁੱਕਦੀ ਹੈ ਨਾ ਉਸ ਵੇਲੇ ਤੱਕ ਅਸੀਂ ਸਿਹਤ ਪ੍ਰਤੀ ਸੰਜੀਦਗੀ ਨਾਲ ਸੋਚਦੇ ਹਾਂ ਪਰ ਫਿਰ ਅਣਗੌਲੀਆਂ ਹੋ ਜਾਂਦੀਆਂ ਆ ਇਸ ਕਰਕੇ ਸਿਹਤ ਦਾ ਖਿਆਲ ਰੱਖਣਾ ਸਾਡਾ ਤੁਹਾਡਾ ਦੋਵਾਂ ਦਾ ਹੀ ਫਰਜ਼ ਬਣਦਾ ਸੋ ਗੱਲ ਕੀ ਹੈ ਕਿ ਗੱਲਾਂ ਵਿੱਚੋਂ ਗੱਲ ਆਪਾਂ ਕੱਢਣੀ ਹੈ ਕਿ ਅੱਜ ਅਸੀਂ ਉਹ ਗੱਲ ਕਰੀਏ ਜਿਹੜੀ ਸਾਡੀ ਸਿਹਤ ਦੇ ਨਾਲ ਜੁੜੀ ਹੋਈ ਹੈ ਔਰ ਉਹ ਗੱਲ ਜਿਹੜੀ ਕਿ ਖਾਣ ਪੀਣ ਦੇ ਨਾਲ ਹੋਵੇ ਸੋ ਖਾਣ ਪੀਣ ਸਾਡਾ ਸ਼ੁੱਧ ਹੋਣਾ ਚਾਹੀਦਾ ਸ਼ੁੱਧ ਵੀ ਕਿਉਂ ਨਾ ਹੋਵੇ ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਜਿਉਣ ਆਏ ਆ ਕੱਟਣ ਨਹੀਂ ਆਏ ਇਸ ਕਰਕੇ ਅਸੀਂ ਅੱਜ ਬڑا ਸੰਜੀਦਾ ਜੀ ਹਾਵੇਸ਼ਾ ਲੈ ਕੇ ਤੁਹਾਡੇ ਸਾਹਮਣੇ ਹੋਏ ਆ ਜੀ ਜੈਵਿਕ ਖੇਤੀ ਜੈਵਿਕ ਖੇਤੀ ਦੇ ਵਿੱਚ ਕੀ ਕੁਝ ਆਉਂਦਾ ਇਹਦੇ ਕੀ ਉਦੇਸ਼ ਨੇ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਇਹਦੀ ਲੋੜ ਕਿਉਂ ਪਈ ਹੈ ਔਰ ਕਿਉਂ ਸਾਨੂੰ ਕਰਨੀ ਚਾਹੀਦੀ ਹੈ ਜੈਵਿਕ ਖੇਤੀ ਦੇ ਨਾਲ ਕਿਹੜੀ-ਕਿਹੜੀ ਚੀਜ਼ ਜੁੜੀ ਹੋਈ ਹੈ ਬਹੁਤ ਸਾਰੇ ਸਵਾਲ ਜਿਹੜੇ ਮਨ ਦੇ ਵਿੱਚ ਆਉਂਦੇ ਨੇ ਔਰ ਇਹਨਾਂ ਸਾਰੇ ਸਵਾਲਾਂ ਦਾ ਹੱਲ ਕੱਢਣ ਵਾਸਤੇ ਸਾਡੇ ਕੋਲ ਮੌਜੂਦ ਨੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਬਹੁਤ ਬਹੁਤ ਸਵਾਗਤ ਹੈ ਜੀ ਸ੍ਰੀ ਉਮੇਂਦਰ ਦਾਤ ਧੰਨਵਾਦ ਧੰਨਵਾਦ ਸ਼ੁਕਰੀਆ ਦਾਤ ਸਾਹਿਬ ਗੱਲ ਇਹ ਹੈ ਜੀ ਵੀ ਆ ਕੱਲ ਦੀ ਗੱਲ ਹੀ ਹੈ ਵੀ ਇੱਕ ਬੰਦੇ ਦੇ ਨਾ ਮੱਖੀ ਬਹਿ ਗਈ ਤੇ ਉਹਨੇ ਫੂਕਾ ਮਾਰੀ ਜਾਵੇ ਮਾਰੀ ਜਾਵੇ ਤੇ ਉਹ ਮੱਖੀ ਉੱਡੇ ਨਾ ਉਹ ਕਹਿੰਦਾ ਵੀ ਇਹ ਤਾਂ ਇਦਾਂ ਹੈ ਵੀ ਇਹ ਨਕਲੀ ਖੁਰਾਕਾਂ ਦਾ ਸਾਰੇ ਦਾ ਸਾਰਾ ਅਸਰ ਹੈ ਇਹ ਸਾਰੇ ਦਾ ਸਾਰਾ ਜਿਹੜਾ ਅਸਰ ਹੈਗਾ ਨਾ ਇਹ ਜਿਹੜੀਆਂ ਰੇਹਾਂ ਸਪਰੇਹਾਂ ਵਾਲੀਆਂ ਸੀ ਸਬਜ਼ੀਆਂ ਖਾਣੇ ਆ ਉਹਦਾ ਅਸਰ ਆ ਇਹ ਨਕਲੀ ਮਲਾਵਟੀ ਜਿਹੜੇ ਨਾ ਅਸੀਂ ਖਾਂਦੇ ਆ ਨਾ ਜੋ ਕੁਝ ਵੀ ਉਹਦਾ ਅਸਰ ਆ ਮੈਨੂੰ ਤਾਂ ਲੱਗਦਾ ਮੇਰੀ ਆਕਸੀਜਨ ਘੱਟ ਗਈ ਆ ਉਹਦੀ ਘਰ ਵਾਲੀ ਕਹਿੰਦੀ ਜੀ ਮੂੰਹ ਤੋਂ ਮਾਸਕ ਲਾ ਲਓ ਫੇਫੂਕ ਮਾਰੋ ਹੈ ਠੀਕ 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 ਮਤਲਬ ਦੋਸ਼ ਉਹ ਦੇਈ ਜਾਵੇ ਨਕਲੀ ਪਰ ਮੈਨੂੰ ਇੱਕ ਗੱਲ ਉਹਦੀ ਜਿਹੜੀ ਹੈਗੀ ਵਧੀਆ ਲੱਗੀ ਬਿਕਰ ਤੋਂ ਘਟ ਉਹ ਜਾਗਰੂਕਤਾ ਹੈ ਨਾ ਵੀ ਇਹ ਰੇਹਾਂ ਸਪਰੇਹਾਂ ਦੇ ਨਾਲ ਜਿਹੜਾ ਨਕਲੀ ਖੁਰਾਕਾਂ ਹੈਗੀਆਂ ਆ ਉਹ ਹੈ ਨਾ ਬੰਦਾ ਅੱਜ ਕੱਲ ਦਾ ਜਾਗਰੂਕ ਹੋ ਗਿਆ ਤੇ ਜਦੋਂ ਜੈਵਿਕ ਖੇਤੀ ਦੀ ਗੱਲ ਕਰਨੀ ਆ ਤੇ ਫਿਰ ਦੱਸ ਸਭ ਤੁਹਾਡਾ ਨਾਮ ਤਾਂ ਆਉਣੀ ਆ ਹੈ ਨਾ ਤੇ ਜੈਵਿਕ ਖੇਤੀ ਹੈ ਕੀ ਅਸਲ ਦੇ ਵਿੱਚ ਜੈਵਿਕ ਖੇਤੀ ਕੁਦਰਤੀ ਖੇਤੀ ਸਜੀਵ ਖੇਤੀ ਜੀ ਪ੍ਰਕਿਰਤਿਕ ਖੇਤੀ ਇਹਨੂੰ ਕੋਈ ਸ਼ਬਦ ਲਓ ਜੀ ਮੇਰੇ ਵਰਗਾ ਤੁਹਾਨੂੰ ਨਾਨਕ ਖੇਤੀ ਵੀ ਕਹਿੰਦਾ ਹਾਂ ਉਹ ਖੇਤੀ ਆ ਜਿਹੜੀ ਕੁਦਰਤ ਦੇ ਅੰਗ ਸੰਗ ਰਹਿ ਕੇ ਕੁਦਰਤ ਦੇ ਜਿਹੜੇ ਨੀਮਾਂ ਦੇ ਮੁਤਾਬਕ ਕੀਤੀ ਜਾਵੇ ਕੁਦਰਤ ਦੇ ਨੀਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਜ਼ਹਿਰ ਦਾ ਇਸਤੇਮਾਲ ਨਾ ਕੀਤਾ ਜਾਵੇ ਬਾਹਰੋਂ ਜੋ ਖਾਦਾ ਪਾਣੀ ਆਗਤਾਂ ਜਿਹਨੂੰ ਕਹਿੰਦੇ ਨੇ ਉਹ ਮਿਨੀਮਲ ਉਹ ਹੀ ਚੀਜ਼ਾਂ ਲੈਣ ਜਿਹਨੀਆਂ ਕਿਸਾਨ ਦੇ ਖੇਤ ਨਹੀਂ ਆ ਸਕਦੀਆਂ ਬਣ ਸਕਦੀਆਂ ਪਰ ਕੁਦਰਤੀ ਹੋਣੀਆਂ ਉਹ ਜੀ ਉਹਦੇ ਅਧਾਰ ਤੇ ਫਰਕਲੀ ਔਰ ਅਨਾਜੂਗਾ ਨਹੀਂ ਕੀਤੀ ਨਹੀਂ ਹੈ ਜੀ ਫਲ ਸਬਜ਼ੀਆਂ ਪਸ਼ੂ ਪੰਛੀ ਔਰ ਮਿੱਟੀ ਦੇ ਜੀਵ ਸੂਖਸ਼ਮ ਜੀਵ ਇਹ ਸਾਰਿਆਂ ਦਾ ਸਮੁੱਛ ਜਿਸ ਪੋਜਨ ਦੇ ਉਤਪਾਦਨ ਦੀ ਪ੍ਰਣਾਲੀ ਦੇ ਨਾਲ ਜੁੜਦਾ ਹੈ ਜੀ ਉਹਨੂੰ ਕੁਦਰਤੀ ਖੇਤੀ ਹੈ ਜੈਵਿਕ ਖੇਤੀ ਕਹਿੰਦੇ ਹਨ ਜੈਵਿਕ ਖੇਤੀ ਕਹਿੰਦੇ ਹਨ ਤੇ ਜਦੋਂ ਨਾ ਮੈਂ ਤੁਹਾਨੂੰ ਪੜਿਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਕਮਿੰਦਰ ਦੱਤ ਜੀ ਇੱਕ ਐਡੀਟਰ ਵੀ ਨੇ ਇੱਕ ਪੱਤਰਕਾਰ ਵੀ ਨੇ ਕਾਲਮਨਫੀਸ ਵੀ ਨੇ ਔਰ ਨਾਲ ਦੇ ਨਾਲ ਇੱਕ ਇੰਟਰਵਿਊ ਵੀ ਨੇ ਔਰ ਸਮਾਜ ਸੇਵੀ ਤਾਂ ਹੈ ਹੀ ਨੇ ਪਰ ਜਦੋਂ ਅਸੀਂ ਤੁਹਾਡੇ ਕਾਲਮ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਇੱਕ ਟਰਮ ਆਉਂਦੀ ਆ ਸਿਵਲਾਈਜ਼ੇਸ਼ਨ ਕ੍ਰਾਈਸਿਸ ਜੀ ਇਹ ਕੀ ਹੈ ਜੀ ਅਸਲ ਚ ਡਵੈਲਪਮੈਂਟ ਦਾ ਮਾਡਲ ਜੇ ਦੇਸ਼ ਨੇ ਅਪਣਾਇਆ ਔਰ ਖਾਸ ਕਰਕੇ ਪੰਜਾਬ ਤੇ ਜੋ ਜਾ ਲਾਗੂ ਹੋ ਗਿਆ ਜਿਆਦਾ ਜੀ ਉਹ ਡਵੈਲਪਮੈਂਟ ਮਾਡਲ ਗਲਤ ਸੀ ਔਰ ਗਲਤ ਡਵੈਲਪਮੈਂਟ ਮਾਡਲ ਦੇ ਵਿੱਚੋਂ दो चीज़ा अगे पिछे आई हैं एक रोंग कन्सैप्ट ऑफ फूड सिक्योरिटी जी और उन्होंने पूरा करने वास्ते एक खेती का गलत मॉडल उन्हें जो उत्पाद पैदा करता उन्हें पैदा करता कि समाज ने अपनी जड़ों तो उखाड़ता उन्हें कुदरतों लोगों को दूर लै गया और पंजाब दे अगर देखा जाए ਦਾ ਰੀਪਰੋਡਕਟਿਵ ਹੈਲਥ ਦਾ ਬੜਾ ਵੱਡਾ ਕਰਾਈਸਿਸ ਹੈ ਜੀ ਅੱਗੇ ਜੇ ਸੰਤਾਨ ਪੈਦਾ ਕਰਨ ਵਾਲਾ ਜਨਦਰ ਦੇ ਢੇਰ ਸਾਰੇ ਤੁਹਾਡੇ ਉਹ ਫਰਟੀਲਿਟੀ ਕਲੀਨਿਕ ਖੁੱਲੇ ਹੋਏ ਨੇ ਪੰਜਾਬ ਦਾ ਤਾਂ ਤਾਂ ਪੰਜਾਬ 10 ਪਰਮ ਕਾਊਂਟ ਘਟ ਰਿਹਾ ਹੈ ਔਰ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਪੀਣ ਜੋਗਾ ਪੰਜਾਬ ਦੇ ਕੋਲ ਅਜੇ ਪਾਣੀ ਨਹੀਂ ਹੈਗਾ ਪੰਜਾਬ ਸਾਰਾ ਡਾਰਕ ਜ਼ੋਨ ਬਣ ਗਿਆ ਅਬੋਰ ਫਾਜ਼ਲ ਦਾ ਮੁਕਸਰ ਦੇ ਏਰੀਆ ਲੈ ਲਓ ਉਹ ਤੇ ਕੰਡੀ ਏਰੀਆ ਲੈ ਲਓ ਇਹ ਦੋ ਵਾਈਟ ਜ਼ੋਨ ਨੇ ਬਾਕੀ ਸਾਰਾ ਪੰਜਾਬ ਡਾਰਕ ਜ਼ੋਨ ਹੈ ਔਰ ਇਹ ਦੋਨੋਂ ਵਾਈਟ ਜ਼ੋਨ ਐਸੇ ਨਹੀਂ ਜਿੱਥੋਂ ਪਾਣੀ ਤੁਸੀਂ ਥੋੜਾ ਕੱਢ ਨਹੀਂ ਸਕਦੇ ਜੀ ਇਹਨਾਂ ਮਤਲਬ ਪੰਜਾਬ ਚ ਆਪਾਂ ਬਹੁਤ ਵੱਡੇ ਸੈਕਟਰਸ ਪੈ ਗਏ ਸੋ ਜਿੱਥੇ ਪਾਣੀ ਦਾ ਸੰਕਟ ਹੈ ਖੁਰਾਕ ਦਾ ਜ਼ਹਿਰ ਦਾ ਸੰਕਟ ਹੈ ਸ਼ਰੀਰ ਚ ਅੱਗੇ ਸੰਤਾਨ ਪੈਦਾ ਕਰਨ ਵਾਲਾ ਸੰਕਟ ਹੈ ਦੈਟ ਇਜ਼ ਕਾਲਡ ਸਿਵਲਾਈਜ਼ੇਸ਼ਨਲ ਕ੍ਰਾਈਸਿਸ ਜਿਹਦੇ ਚ ਉਹਨਾਂ ਦਾ ਜੁੜਾਅ ਆਪਣੀ ਜ਼ਮੀਨ ਦੇ ਨਾਲ ਨਹੀਂ ਹੈ ਆਪਣੀ ਸਭਿਤਾ ਦੇ ਨਾਲ ਨਹੀਂ ਹੈ ਸਾਡੇ ਸੁਪਨੇ ਤੱਕ ਬਦਲ ਗਏ ਨਾ ਜੀ ਇਹਦੇ ਜ਼ਿੰਮੇਵਾਰ ਅਸੀਂ ਹੈ ਜੀ ਇਹਦੇ ਜ਼ਿੰਮੇਦਾਰ ਬਹੁਤ ਲੋਕ ਨੇ ਸਰਕਾਰਾਂ ਵੀ ਹੈਗੀਆਂ ਨਾ ਜੀ ਕੁਝ ਹੱਦ ਤੱਕ जिन्ना ਲੋਕਾਂ ਨੇ ਯੋਜਨਾ ਬਣਾਈਆਂ ਪਲੈਨਿੰਗ ਬਣਾਈਆਂ ਉਹ ਵੀ ਜ਼ਿੰਮੇਦਾਰ ਨੇ ਨਹੀਂ ਜੇ ਸਮਾਜਿਕ ਤੌਰ ਤੇ ਦੇਖੀਏ ਤਾਂ ਮੈਨੂੰ ਲੱਗਦਾ ਸਮਾਜ ਤਾਂ ਜ਼ਿੰਮੇਦਾਰ ਹੈ ਇਹ ਜਿਵੇਂ ਅਸੀਂ ਵਾਤਾਵਰਣ ਨੂੰ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ ਹੈਨਾ ਤਾਂ ਸਮਾਜ ਤਾਂ ਪੂਰਾ ਜ਼ਿੰਮੇਦਾਰ ਹੈ ਸਮਾਜ ਨੂੰ ਤਾਂ ਇੱਕ ਬਾਰੇ ਰੋਕਣਾ ਚਾਹੀਦਾ ਸੀ ਨਾ ਫਰਜ਼ ਕਰੋ ਕਿ ਚਲੋ ਇੱਕ ਸਮੇਂ ਗ੍ਰੀਨ ਰੈਵਲੂਸ਼ਨ ਦੀ ਲੋੜ ਸੀ ਮੰਨ ਲਿਆ ਤਾਂ ਨੂੰ 10 ਸਾਲ ਦੇ ਅੰਦਰ ਉਹਦੇ ਜਿਹੜੇ ਐਡਵਰਸ ਇੰਪੈਕਟ ਸੀ ਪਤਾ ਲੱਗਣੇ ਸ਼ੁਰੂ ਹੋ ਗਏ ਸੀ ਲੋਕਾਂ ਨੇ ਰੋਕਣਾ ਸ਼ੁਰੂ ਕੀਤਾ ਸੀ ਉਦੋਂ ਬ੍ਰੇਕਾਂ ਲਗਾ ਲੋ ਤੁਸੀਂ ਨੂੰ ਰੀਇਨਫੋਰਸ ਕਰ ਰਹੇ ਹੋ ਠੀਕ ਹੈ ਨਾ ਏ ਗਲਸੀ ਸਮਾਜ ਦੀ ਜ਼ਿੰਮੇਵਾਰੀ ਹੈ ਕੀ ਇਹਦੇ ਚ ਪਾਣੀ ਦੀ ਤੁਸੀਂ ਗੱਲ ਕੀਤੀ ਹੈ ਕੁਦਰਤ ਦੇ ਨਾਲ ਅਸੀਂ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਕੁਦਰਤ ਵੀ ਸਾਨੂੰ ਕਹਿਣ ਮਤਲਬ ਕਹਿਣ ਲੱਗ ਪਈ ਵੀ ਮੇਰੀ ਵਾਰ ਦਾ ਪਾਣੀ ਲੈ ਲੈ ਮੇਰੀ ਨਹੀਂ ਤਾਂ ਤੇਰੀ ਉੱਗੇ ਸਾਨੂੰ ਵੱਟੇ ਮਾਰਨ ਆਲੇ ਤੇਰੇ ਘਰ ਚ 베ਰੀ ਉੱਗੇ ਹੈ ਨਾ ਉਹ ਕੁਦਰਤ ਵੀ ਸਾਨੂੰ ਕਹਿੰਦੀ ਹੈ ਪਾਣੀ ਦੀ ਜਦੋਂ ਗੱਲ ਤੁਰਦੀ ਹੈ ਨਾ ਹੁਣ ਝੋਨਾ ਲਾਉਣੇ ਆਪਾਂ ਝੋਨਾ ਜਿਹੜਾ ਹੈਗਾ ਪਹਿਲਾਂ ਲਾਉਣ ਵਾਸਤੇ ਵੀ ਪਾਣੀ ਦੀ ਜ਼ਰੂਰਤ ਹੈ ਫਿਰ ਪਕਾਉਣ ਵਾਸਤੇ ਫਿਰ ਬਣਾਉਣ ਵਾਸਤੇ ਫਿਰ ਪਚਾਉਣ ਵਾਸਤੇ ਜਦੋਂ ਖਾ ਲਈਏ ਤੇ ਫਿਰ ਉਹ ਬਾਅਦ ਚ ਵੀ ਪਿਆਸ ਲੱਗਦੀ ਰਹਿੰਦੀ ਆ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈ ਜਾਂਦੀ ਆ ਸੋ ਅਦਲਾ ਬਦਲੀ ਜਾਂ ਫਿਰ ਜਿਹੜਾ ਫਸਲਾਂ ਦਾ ਇੱਕ ਅਦਲਾ ਬਦਲੀ ਆਪਾਂ ਕਰਨੀ ਆ ਜਾਂ ਫਿਰ ਸਿੱਧੀ ਬਜਾਈ ਦੀ ਗੱਲ ਕਰਦੇ ਆ ਕੀ ਇਹਨੂੰ ਜੈਵਿਕ ਖੇਤੀ ਦੇ ਨਾਲ ਜੋੜਿਆ ਜਾ ਸਕਦਾ ਜਿਹਦੇ ਨਾਲ ਪਾਣੀ ਦੀ ਬਚਤ ਵੀ ਹੋ ਸਕਕਦਾ ਤੁਸੀਂ ਇਹਨੂੰ ਜੈਵਿਕ ਖੇਤੀ ਕੋ ਕੁਦਰਤੀ ਵਰਤਾਰਾ ਕੋ ਖੇਤੀ ਦਾ ਬਿਲਕੁਲ ਜੋੜਿਆ ਜਾ ਸਕਦਾ ਜੋੜਨਾ ਚਾਹੀਦਾ ਮੇਰੇ ਕੁਦਰਤੀ ਖੇਤੀ ਦੇ ਕਿਸਾਨ ਮਿੱਤਰ ਤਾਂ ਐਸੇ ਨੇ ਜੀ ਮੇਰੇ ਸਾਥੀ ਜਿਨ੍ਹਾਂ ਨੇ ਚੋਣਾ ਲਗਾਣਾ ਬੰਦ ਕਰਤਾ ਟੋਟਲੀ ਸਾਡਾ ਰਵੀ ਫਰਵਾਹੀ ਹੈ ਫਰਵਾਹੀ ਪਿੰਡ ਜ਼ਿਲ੍ਹਾ ਬਰਨਾਲੇ ਦਾ ਮੈਂ ਹੋਰ ਵੀ ਕੁਝ ਨਾਮ ਲੈ ਸਕਦਾ ਜੀ ਜੀ ਜਿਨ੍ਹਾਂ ਨੇ ਚੋਣਾ ਲਗਾਣਾ ਬੰਦ ਕਰਤਾ ਜਾਂ ਘਟਾਤਾ ਠੀਕ ਹੈ ਕਮਲਜੀਤ ਹੇਰ ਹੈ ਸਾਡੇ ਮੁਖਸਰ ਦੇ ਮੁਖਸਰ ਦੇ ਕੋਲ ਨਹੀਂ ਫੋਜਪੁਰ ਜ਼ਿਲ੍ਹਾ ਪੈਂਦਾ ਰੱਤੇ ਵਾਲਾ ਜੀ ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਜਿਹੜੀਆਂ ਕਨਕ ਚੋਣਾ ਕਨਕ ਚੋਣਾ ਸੀ ਇਹ ਤੋਂ ਬਾਹਰ ਕੱਢ ਲਿਆ ਇੱਕ ਤਿਆ ਕਰਨ ਦੀ ਲੋੜ ਹੈਗੀ ਆ ਦੂਜਾ ਅਗਰ ਝੋਨਾ ਲਗਾਣਾ ਵੀ ਹੈ ਤਾਂ ਤੁਹਾਨੂੰ ਉਹਦੀ ਲਗਾਣ ਦੀ ਤਕਨੀਕਾਂ ਉਹ ਅਪਣਾਉਣੀਆਂ ਚਾਹੀਦੀਆਂ ਨੇ ਜਿਹੜੀਆਂ ਤਕਨੀਕਾਂ ਪਾਣੀ ਦੀ ਘਟ ਵਰਤੋਂ ਕਰਦੀਆਂ ਨੇ ਇੱਕ ਸਿਸਟਮ ਆਫ ਐਸਆਰਏ ਕਹਿੰਦੇ ਨੇ ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ ਉਹ ਹੈਗਾ ਸਾਡੇ ਗੁਰਦਾਸਪੁਰ ਤੋਂ ਗੁਰਵਿੰਦਰ ਬਾਜਵਾ ਸਾਹਿਬ ਨੇ ਹੋਰ ਕਈ ਕਿਸਾਨ ਨੇ ਜਿਹੜਿਆਂ ਨੂੰ ਅਪਣਾਉਂਦੇ ਨੇ ਪ੍ਰਚਾਰ ਕਰਦੇ ਨੇ ਉਹਦਾ ਜੀ ਆ ਤਾਂ ਪਾਣੀ ਘਟ ਪਾਣੀ ਦੇ ਨਾਲ ਵੀ ਝੋਨਾ ਹੋ ਸਕਦਾ ਪਰ ਪੰਜਾਬ ਚ ਹੁਣੇ ਦੀ ਜਗ੍ਹਾ ਨਹੀਂ ਹੈਗਾ ਪੰਜਾਬ ਤਾਂ ਸੂਬਾ ਹੈਗਾ ਖੇਤਾ ਹੈਗਾ ਮਿਲਟਸ ਦਾ ਮੂਲ ਅਨਾਜ ਦਾ ਮੁੱਢਲੇ ਅਨਾਜ ਦਾ ਮਿਲਟਸ ਮਤਲਬ ਜਵਾਰ ਬਾਜਰਾ ਕੋਦਰਾ ਕੰਗਣੀ ਰਾਗੀ ਕਟਕੀ ਸਵਾਂਕ ਹਰੀ ਕੰਗਣੀ ਇਹ ਇਹਦਾ ਇਲਾਕਾ ਹੈਗਾ ਔਰ ਅੱਜ ਰਿਮਿਲਟਸ ਨੇ ਇਹਨਾਂ ਨੂੰ ਪਾਣੀ ਬੜਾ ਨਾਮਾਤਰ ਦਾ ਚਾਹੀਦਾ ਇਹਨਾਂ ਨੂੰ ਜਿਹੜਾ ਹੈਗਾ ਪਾਣੀ ਨਾਮਾਤਰ ਦਾ ਚਾਹੀਦਾ ਹੈ ਔਰ ਇਹ ਜਦੋਂ ਕਟ ਲਈਏ ਮੁੜ ਕੇ ਤੇ ਇਹਨਾਂ ਦਾ ਜੋ ਕੁਝ ਵਿਚਾਰਨਦਾ ਸੀ ਉਹ ਬਹੁਤ ਵਧੀਆ ਪਸ਼ੂਚਾਰਾ ਪਰਾਲੀ ਜਾਲਨ ਦਾ ਸਾੜਨ ਦਾ ਜਰਾ ਮੁੱਦਾ ਹੈਗਾ ਸਟ੍ਰੋ ਬਰਨਿੰਗ ਦਾ ਜਿਹਦੇ ਸੁਪਰੀਮ ਕੋਰਟ ਕਦੀ ਪੰਜਾਬ ਦੀ ਖਿਚਾਈ ਕਰਦਾ ਕਦੀ ਐਨਜੀਟੀ ਜੁਰਮਾਨੇ ਲਾਂਦਾ ਸਾਰੇ ਭੱਜੇ ਫਿਰਦੇ ਨੇ ਉਹ ਆਇਆ ਹੀ ਪੈਡੀ ਦੇ ਨਾਲ ਆਇਆ ਝੋਨੇ ਦੇ ਨਾਲ ਆਇਆ ਤੁਸੀਂ ਪਹਿਲੇ ਮੋਨੋਕਲਚਰ ਲੈ ਕੇ ਆਏ ਝੋਨੇ ਦਾ ਫਿਰ ਤੁਸੀਂ ਪਿੱਛੇ ਮਸ਼ੀਨਾਂ ਟਿਰ ਸਾਰੀਆਂ ਲਾਤੀਆਂ ਮਸ਼ੀਨਾਂ ਰਵਾਢੀ ਕਰਨ ਲੱਪੇ ਜੇ ਮਿਲਰ ਸਾਹਿਬਨ ਤਾਂ ਇਹ ਪਰਾਲੀ ਸਾੜਨ ਦਾ ਮੁੱਦਾ ਵੀ ਖਤਮ ਹੋ ਜਾਏ ਪਾਣੀ ਦਾ ਮੁੱਦਾ ਵੀ ਹੱਲ ਹੋ ਜਾਏ ਪੰਜਾਬ ਦੀ ਜ਼ਮੀਨ ਵੀ ਬਚ ਜਾਏ ਜੀ ਪਰਾਲੀ ਦਾ ਮੁੱਦਾ ਵੀ ਖਤਮ ਹੋ ਜਾਏਗਾ ਔਰ ਪੰਜਾਬੀਆਂ ਦੀ ਸਿਹਤ ਵੀ ਬਚੇਗੀ ਕਿਉਂਕਿ ਮਿਲਟਸ ਸਭ ਤੋਂ ਵਧੀਆ ਅਨਾਜ ਨੇ ਆਇਰਨ ਕੈਲਸ਼ੀਅਮ ਮਾਈਕਰੋਨਿਊਟ੍ਰੀਐਂਟਸ ਸਭ ਤੋਂ ਜ਼ਿਆਦਾ ਰਹਿਣਾ ਚਾਹੀਦਾ ਆਪਾਂ ਜ਼ਮੀਨ ਬਚਾ ਲੈਨੇ ਵੈਸੇ ਵੀ ਪੰਜਾਬ ਦੀ ਜ਼ਰਖੇਜ਼ ਜ਼ਮੀਨ ਹੈਗੀ ਆ ਔਰ ਇਹਦੇ ਜ਼ਮੀਨ ਦੇ ਵਿੱਚ ਮਿੱਤਰ ਕੀੜੇ ਵੀ ਨੇ ਔਰ ਜਦੋਂ ਅਸੀਂ ਅੱਗ ਲਾਉਨੇ ਆ ਉਹ ਵੀ ਮਤਲਬ ਕਿ ਨਸ਼ਟ ਹੋ ਜਾਂਦੇ ਮਰ ਜਾਂਦੇ ਆ ਪਰ ਜਦੋਂ ਅਸੀਂ ਖੇਤੀ ਵਿਰਾਸਤ ਮਿਸ਼ਨ ਦੀ ਗੱਲ ਕਰਦੇ ਹਾਂ ਅਸਲ ਦੇ ਵਿੱਚ ਉਹ ਮਿਸ਼ਨ ਫਸਲਾਂ ਨੂੰ ਸਬਜ਼ੀਆਂ ਨੂੰ ਪੋਸਟਿਕ ਬਣਾਉਣ ਉਸ ਤੋਂ ਬਾਅਦ ਵਿੱਚ ਮਿੱਟੀ ਨੂੰ ਪਾਣੀ ਨੂੰ ਬਚਾਉਣ ਇਦਾਂ ਦੇ ਕਾਰਜ ਸਾਰੇ ਕਰ ਰਿਹਾ ਸੋ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਨੇ ਕੀ ਕੰਮ ਨੇ ਤੇ ਕੀ ਉਦੇਸ਼ ਨੇ ਉਸਦੇ ਦੇਖੋ ਜਰੀਦਾ ਹੈ ਗਿਆ ਇਹਦੀ ਗੱਲ ਤੁਸੀਂ ਕਿਟਸ ਕੀਟਾਂ ਦੀ ਗੱਲ ਕੀਤੀ ਜੀ ਡਾਕਟਰ ਸੁਰਿੰਦਰ ਦਲਾਲ ਇੱਕ ਸਾਡੇ ਉਸਤਾਦ ਜੀ ਹੋਏ ਨੇ ਸਾਡੇ ਗੁਰੂ ਹੋਏ ਨੇ ਜੀਨ ਜਲੇਦਹਾਰਾਣੇ ਦੇ ਜੀ ਉਸ ਵਰਗ ਜਨਸੀ ਅਸੀਂ ਉਹਨਾਂ ਤੋਂ ਸਿੱਖਿਆ ਪਹਿਲੇ ਜਾਣਦੇ ਸੀ ਪਰ ਉਹਨਾਂ ਨੇ ਸਾਨੂੰ ਬੜ ਢੰਗ ਨਾਲ ਆਮ ਭਾਸ਼ਾ ਸਿਖਾਤਾ ਲੋਕ ਭਾਸ਼ਾ ਸਿਖਾਤਾ ਉਹਨੇ ਸਾਨੂੰ ਅਸੀਂ ਉਹਨਾਂ ਤੇ ਡਾਕਟਰ ਸੁਨਦਰ ਦਲਾਲ ਕੀਟ ਸਾਖਰਤਾ ਮਿਸ਼ਨ ਇਸ ਨਾਮ ਤੇ ਅਸੀਂ ਕੈਂਪੇਨ ਚਲਾਣੇ ਸਾਡੇ ਮਨਵੀਰ ਜੀ ਹੈਗੇ ਨੇ ਹਰਿਆਣੇ ਤੋਂ ਅਰਥਾਤੇ ਹੁਣ ਪੰਜਾਬ ਚ ਵੀ ਕਈ ਕਿਸਾਨ ਤਿਆਰ ਹੋ ਗਏ ਨੇ ਜਿਹੜੇ 35 35 40 40 50 50 ਕੀਟਾਂ ਦੀ ਪਛਾਣ ਰੱਖਦੇ ਨੇ ਕੀਟਾਂ ਨੂੰ ਪਛਾਣ ਲਓ ਜੀ ਤੇ ਤੁਹਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਅਸੀਂ ਕਿ ਨਾਰਾ ਦਿੱਤਾ ਸੀ ਜਦ ਖੇਤੀ ਸਪਰੇਅ ਕਰਦੇ ਮਿੱਤਰ ਕੀਟ ਪਹਿਲਾਂ ਮਰਦੇ ਕਿਉਂਕਿ ਜਦੋਂ ਮਿੱਤਰ ਕੀਟ ਹੈ ਕੀੜਾ ਹੈਗਾ ਉਹ ਪ੍ਰੇਡੀਟਰ ਹੈ ਸ਼ਿਕਾਰੀ ਕੀੜਾ ਜੀ ਉਹ ਸ਼ਿਕਾਰ ਲੱਭਣ ਵਾਸਤੇ ਪੌਦੇ ਦੇ ਸਭ ਤੋਂ ਉੱਤੇ ਟਾਪ ਤੇ ਬੈਠਾ ਹੈਗਾ ਸਪਰੇਅ ਕਰੋਗੇ ਸਭ ਤੋਂ ਪਹਿਲੇ ਟਾਪ ਵਾਲਾ ਕੀੜਾ ਮਰੇਗਾ ਸੋ ਐਵਰ ਇੰਬੈਲੈਂਸ ਕ੍ਰੀਟ ਹੋਇਆ ਤੇ ਇਕਦਮ ਇਹ ਇੱਕ ਫਲਸਫੀ ਹੈਗੀ ਜੀ ਸਾਡਾ ਕਹਿਣਾ ਹੈ ਤੁਸੀਂ ਬਿਨਾ ਕੀਟਨਾਸ਼ਕ ਸਪਰੇਹਾਂ ਦੇ ਤਾਂ ਖੇਤੀ ਕਰ ਸਕਦੇ ਹੋ ਪਰ ਬਿਨਾ ਕੀਟਾਂ ਦੇ ਨਹੀਂ ਕਰ ਸਕਦੇ ਬਿਨਾ ਕੀਟਾਂ ਦੇ ਨਹੀਂ ਕਰ ਸਕਦੇ ਕੀਟ ਜ਼ਰੂਰੀ ਨੇ ਔਰ ਕੀਟ ਧਰਤੀ ਤੇ ਆਏ ਨੇ ਕਈ ਕਰੋੜ ਸਾਲ ਪਹਿਲਾਂ ਤੁਸੀਂ ਪਹਿਲੇ ਇੱਕ ਦੋ ਸਪਰੇਅ ਕਰਦੇ ਸੀ ਕੀਟ ਮਰ ਜਾਂਦੀ ਸੀ ਮੁੜ ਕੇ ਤੁਸੀਂ 6 ਸਪਰੇਅਾਂ ਤੇ ਪਹੁੰਚੇ 10 ਸਪਰੇਅਾਂ ਤੇ ਪਹੁੰਚੇ 20 ਤੇ ਪਹੁੰਚ ਗਏ ਜੈਰ ਸਟਰੋਂਗ ਤੋਂ ਸਟਰੋਂਗ ਕਰਦੇ ਰਹੇ ਕੀੜਾ ਮਰਨੋ ਹਟ ਗਿਆ ਇਹ ਬੀਟੀ ਕਾਟਨ ਲੈ ਜਾਂਦਾ ਹੈ ਅਮਰੀਕਨਸ ਹੁੰਦੀ ਨੇ ਆਪਣੇ ਆਪ ਨੂੰ ਇਵੋਲਵ ਕਰ ਲੈਣਾ ਉਨੇ ਡਵੈਲਪ ਕਰ ਲਿਆ ਸਮਾਯੋਜਿਤ ਰੈਜ਼ਿਸਟੈਂਸ ਰੈਜ਼ਿਸਟੈਂਸ ਡਵੈਲਪ ਕਰ ਲਈ ਉਹਨੇ ਵਾਈਟ ਫ्लाई ਹੈ ਜੀ ਕਿੰਨੇ ਕੀੜੇ ਨੇ ਉਹਨਾਂ ਰੈਜ਼ਿਸਟੈਂਸ ਡਵੈਲਪ ਕਰ ਲਈ ਹੈ ਸੋ ਤੁਸੀਂ ਕੀਟਨਾਸ਼ਕ ਸਪਰੇਹਾਂ ਦੇ ਨਾਲ ਕੀੜਿਆਂ ਦੇ ਖਿਲਾਫ ਜੰਗ ਨਹੀਂ ਜਿੱਤ ਸਕਦੇ ਹਮ ਐਸਾ ਔਰ ਇਹ ਮਿਸ਼ਨ ਜਿਹੜਾ ਖੇਤੀ ਵਿਰਾਸਤ ਮਿਸ਼ਨ ਹੈ ਅਸੀਂ ਇਹਦਾ ਹੀ ਪ੍ਰਚਾਰ ਕਰਦੇ ਹਾਂ ਕਿ ਤੁਸੀਂ ਗਿਆਨ ਲੋ ਔਰ ਦੂਜਾ ਕੀ ਹੈ ਫਸਲ ਇੱਕੋ ਤਰ੍ਹਾਂ ਦੀ ਮੋਨੋਕਲਚਰ ਲਗਾ ਕਰ ਹੋਏਗਾ ਦੂਰ ਤੱਕ ਝੋਨਾ ਹੀ ਚੋਨਾ ਜਾਂ ਕੋਈ ਇੱਕ ਫਲਕਾ ਸਬਜੀ ਕੀ ਹੈ ਕੋਈ ਵੀ ਫਸਲ ਹੈ ਉਹ ਗਰਬੜ ਤੁਹਾਨੂੰ ਮਲਟੀਪਲ ਕ੍ਰੋਪਿੰਗ ਕਰਨੀ ਚਾਹੀਦੀ ਹੈ ਔਰ ਕੁਝ ਐਸੇ ਪੌਦੇ ਹੁੰਦੇ ਨੇ ਉਹ ਲਗਾਉਣੇ ਚਾਹੀਦੇ ਨੇ ਜਿਨ੍ਹਾਂ ਦੀ ਖੁਸ਼ਬੂ ਦੇ ਨਾਲ ਗੰਧ ਨਾਲ ਕੀੜੇ ਦੂਰ ਰਹਿੰਦੇ ਨੇ ਕਿੜੇ ਨੇੜੇ ਨਹੀਂ ਆਉਂਦੇ ਗੰਡੋਆ ਖਾਦ ਵੀ ਅਸੀਂ ਵਰਤਦੇ ਆਂ ਔਰ ਰੂੜੀ ਖਾਦ ਵੀ ਵਰਤਦੇ ਆਂ ਜੈਵਿਕ ਖੇਤੀ ਦੇ ਵਿੱਚ ਇਹਨਾਂ ਦਾ ਬੜਾ ਬੜਾ ਯੋਗਦਾਨ ਹੁੰਦਾ ਹੈ ਗੰਡੋਆ ਖਾਦ ਵੀ ਹੈਗੀ ਜੀ ਰੂੜੀ ਦੀ ਖਾਦ ਹੈਗੀ ਆ ਪਰ ਅਸੀਂ ਗੁਰਜਲ ਅੰਮ੍ਰਿਤ ਜੀਵਾ ਅੰਮ੍ਰਿਤ ਕਾਂਜੀਵਾ ਅੰਮ੍ਰਿਤ ਫਿਰ ਇਹਨਾਂ ਕੋਈ ਕਿਤੇ ਗੋਕ੍ਰਿਪਾ ਅੰਮ੍ਰਿਤ ਐਵੇਂ ਦੀ ਕਈ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੇ ਡਿਵੈਲਪ ਕੀਤੀਆਂ ਨੇ ਸੁਭਾਸ਼ ਪਾਲੇਕਰ ਜੀ ਦਾ ਇੱਕ ਨਾਮ ਹੈਗਾ ਸਾਡੇ ਗੋਪਾਲ ਪਾਈ ਹੈਗੇ ਨੇ ਰਾਜਸਥਾਨ ਚ சுரேਸ਼ ਦੇਸਾਈ ਜੀ ਨੇ ਅਡਰ ਫਾਰਮੂਲੇ ਨੇ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਤਿਆਰ ਹੁੰਦੀਆਂ ਨੇ ਪਾਤੀਆਂ ਦਾ ਪਾਣੀ ਤਿਆਰ ਹੁੰਦਾ ਹੈ ਜਿਬਰਿਲਿਕ ਐਸਿਡ ਹੈਗਾ ਤੇ ਬਹੁਤ ਰੰਗੀ ਚੀਜ਼ ਹਨ ਜਿਹੜੀਆਂ ਚਾਰ ਨਹੀਂ ਹਨ ਇਹ ਜੈਵਿਕ ਖੇਤੀ ਖੇਤਾਂ ਤੱਕ ਹੀ ਸੀਮਤ ਹੈ ਜਾਂ ਫਿਰ ਘਰਦਿਆਂ ਬਗੀਚੀਆਂ ਵੀ ਜਿਹੜੀਆਂ ਹੈ ਉਹਨਾਂ ਵਿੱਚ ਘਰ ਦੀਆਂ ਬਗੀਚੀਆਂ ਤਾਂ ਬਿਲਕੁਲ ਜੈਵਿਕ ਹੁੰਦੀਆਂ ਨੇ ਸਰ ਹੋਣੇ ਵੀ ਜੈਵਿਕ ਚਾਹੀਦੀਆਂ ਨੇ ਉਹ ਘਰ 'ਚ ਤੁਸੀਂ ਜੇ ਲਗਾਉਂਦੇ ਹੋ ਫਸਲ ਸਬਜ਼ੀ ਲਗਾਉਂਦੇ ਹੋ ਆਪ ਖਾਣੀ ਹੈ ਨਾ ਆਪ ਖਾਣੀ ਹੈ ਤੇ ਜੇ ਆਪ ਖਾਣੀ ਹੈ ਤਾਂ ਆਪ ਹੀ ਨਾ ਜ਼ਹਿਰ ਤਾਂ ਨਾ ਪਾਓ ਜ਼ਹਿਰ ਤਾਂ ਦੇਖੋ ਵੈਸੇ ਕੋਈ ਵੀ ਕਰੇ ਉਹ ਚ ਨਹੀਂ ਪਾਣਾ ਚਾਹੀਦਾ ਨਹੀਂ ਪਾਣਾ ਚਾਹੀਦਾ ਪਰ ਜਿਹੜਾ ਤੁਸੀਂ ਆਪ ਹੀ ਤੋੜ ਕੇ ਖਾਣੀ ਹੈ ਉਸ ਕੱਟੋ ਨਾ ਪਾਓ ਇਹ ਤਾਂ ਸਿੱਧੀ ਗੱਲ ਹੈਗੀ ਹੈ ਸੋ ਅੱਜ ਕਿਚਨ ਗਾਰਡਨ ਦਾ ਜਿਹੜਾ ਕੰਮ ਹੈ ਉਹ ਪੰਜਾਬ 'ਚ ਕਾਫੀ ਜਗ੍ਹਾ ਤੇ ਫੈਲ ਗਿਆ। ਬਹੁਤ ਕਿਸਾਨ ਕਰ ਰਹੇ ਨੇ, ਪਰਿਵਾਰ ਕਰ ਰਹੇ ਨੇ। ਸਾਡੇ ਬਰਨਾਲਾ ਜ਼ਿਲ੍ਹੇ 'ਚ ਪਿੰਡ ਪੋਤਨਾ ਨੂੰ ਕੇਂਦਰ ਬਣਾ ਕੇ ਉੱਥੇ ਸਾਡੇ ਕਮਲਜੀਤ ਕੌਰ ਭੰਜੀ ਨੇ ਉਹਨਾਂ ਦੀ ਅਗਵਾਈ 'ਚ ਕੰਮ ਹੋ ਰਿਹਾ। ਔਰ ਫਿਰ ਜੈਤੋਂ ਦੇ ਵਿੱਚ ਜਿਹੜਾ ਹੈਗਾ ਉਹਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਉੱਥੇ ਸਾਡੇ ਪਰਮਜੀਤ ਕੌਰ ਜੀ ਭੰਜੀ ਨੇ, ਸਰਬਜੀਤ ਕੌਰ ਭੰਜੀ ਨੇ ਉਹ ਉੱਥੇ ਲੱਗੇ ਹੋਏ ਨੇ। ਲਗਭਗ 6000 ਬੀਬੀਆਂ ਜਿਹੜੀਆਂ ਨੇ ਜੀ ਉਹ ਕਿਚਨ ਗਾਰਡਨ ਇਹ ਦੋ ਇਲਾਕਿਆਂ 'ਚ ਕਰ ਰਹੀਆਂ ਨੇ। ਔਰ ਹੋਰ ਬੜੀ ਜਗ੍ਹਾ ਕਰੀ ਨੇ ਸ਼ੈਰਾਂਸ ਵੀ ਹੋ ਰਿਹਾ ਹੈ ਬੜੇ ਵੱਡੇ ਪੈਮਾਨੇ ਤੇ ਜੀ इवन ਜ਼ਿਲੰਦਰ ਦੇ ਵਿੱਚ ਹੋ ਰਿਹਾ ਹੈ ਤੇ ਲਿਪੀਕਾ ਪੈਂਦੇ ਨੇ ਉਹ ਕਰਦੇ ਨੇ ਪੰਕਜ ਜੈਨ ਜੀ ਨੇ ਉਹਨੇ ਇੱਕ ਨਰੇਸ਼ ਸ਼ਰਮਾ ਜੀ ਨੇ ਬੜੇ ਸੇ ਕਲਾਕਾਰ ਨੇ ਉਹ ਕਿਚਨ ਗਾਰਡਨਿੰਗ ਕਰ ਰਹੇ ਨੇ ਸਾਡੇ ਅੰਮ੍ਰਿਤਸਰ ਚ ਨਿਰੰਦਰ ਸਿੰਘ ਢਿਲੋਂ ਜੀ ਨੇ ਉਹ ਕਰਦੇ ਨੇ ਉਹੀ ਜਾਨੀ ਤੇ ਬਹੁਤ ਵੱਡਾ ਗਰੁੱਪ ਹੈ ਉਹ ਜਾਨੀ ਦਾ ਚੰਡੀਗੜ੍ਹ ਚ ਹੈਗਾ ਪੰਜਾਬ ਦੇ ਹਰ ਖਿੱਤੇ ਚ ਲੋਕ ਆ ਗਏ ਨੇ ਜਿਹੜੇ ਆਪਣੇ ਘਰਾਂ ਚ ਜ਼ਮੀਨ ਤੇ ਜਾਂ ਛੱਤ ਤੇ ਬਹੁਤ ਕਾਮਯਾਬੀ ਨਾਲ ਸਬਜ਼ੀਆਂ ਉਗਾ ਰਹੇ ਨੇ ਔਰ ਬਿਨਾਂ ਕਿਸੇ ਰੈਸਪਰੇ ਦੇ ਨੈਤਿਕਤਾ ਨੂੰ ਤੰਦਰੁਸਤੀ ਨੂੰ ਸਿਹਤ ਨੂੰ ਜੈਵਿਕ ਖੇਤੀ ਨਾਲ ਸੀ ਜੋੜਦੇ ਆ ਤੇ ਇਸ ਤੋਂ ਵੱਡੀ ਜਿਹੜੀ ਹੈਗੀ ਆ ਉਹ ਮੇਰਾ ਖਿਆਲ ਸਾਡੇ ਵਾਸਤੇ ਨਿਯਮਤ ਨਹੀਂ ਹੋ ਸਕਦੀ ਵੀ ਅਸੀਂ ਉਸ ਉਪਜਾਊ ਜ਼ਮੀਨ ਦੇ ਜਾਈ ਹੈਗੇ ਆ ਜਿਨੇ ਸਾਨੂੰ ਹਰ ਫਸਲ ਦਿੰਦੀ ਆ ਹਰ ਮੌਸਮ ਦਿੱਤਾ ਪਰ ਕੁਦਰਤ ਨੂੰ ਪਤਾ ਕਦੋਂ ਸੁੱਕਿਓ ਹਰੇ ਤੇ ਕਦੋਂ ਹਰੇਓ ਸੁੱਕੇ ਕਰਨਾ ਆ ਤੇ ਜਦੋਂ ਅਸੀਂ ਗੱਲ ਤੁਹਾਡੀ ਜਾਗਰੂਕਤਾ ਦੀ ਕਰਦੇ ਆ ਤੁਸੀਂ ਤਾਂ ਜਾਗਰੂਕ ਹੋ ਗਏ ਪਰ ਇਸ ਗੱਲ ਨੂੰ ਜਨ ਜਨ ਤੱਕ ਪਹੁੰਚਾਉਣ ਵਾਸਤੇ ਹਰ ਇੱਕ ਬੰਦੇ ਤੱਕ ਪਹੁੰਚਾਉਣ ਵਾਸਤੇ ਕਿਹੜੇ ਮਾਧਿਅਮ ਨੇ ਕਿਸ ਤਰੀਕੇ ਨਾਲ ਤੁਹਾਡੀ ਜਿਹੜੀ ਸੰਸਥਾ ਹੈਗੀ ਹੈ ਖੇਤੀ ਵਿਰਾਸਤ ਮਿਸ਼ਨ ਉਹ ਕੰਮ ਕਰਦੀ ਹੈ ਦੇਖੋ ਜੀ ਅਸੀਂ ਤਾਂ ਇਹ ਜਰਾ ਹੈਗਾ ਜਗ੍ਹਾ ਜਗ੍ਹਾ ਪ੍ਰਚਾਰ ਕਰਦੇ ਆ ਅਸੀਂ ਬਹੁਤ ਵਰਕਸ਼ਾਪਸ ਕੀਤੀਆਂ ਨੇ ਪੂਰੇ ਪੰਜਾਬ 'ਚ ਵਰਕਸ਼ਾਪਸ ਕਰਦੇ ਆ ਅਜਰ ਤਰ੍ਹਾਂ ਦੇ ਮੇਲੇ ਲਗਾਣੇ ਆ ਜੀ ਸਾਡੀ ਇੱਕ ਮੈਗਜ਼ੀਨ ਵੀ ਛਪਦੀ ਹੈ ਬਲੇਹਾਰੀ ਕੁਦਰਤ ਫਿਰ ਅਸੀਂ ਜ਼ੂਮ ਮੀਟਿੰਗਸ ਵੀ ਬਹੁਤ ਕੀਤੀਆਂ ਲਾਕਡਾਊਨ ਦੇ ਦੌਰਾਨ ਅਸੀਂ ਰੈਗੂਲਰ ਕਰਦੇ ਰਹਿੰਦੇ ਆ ਐ ਕਿਸਾਨ ਹੀ ਅੱਗੇ ਲੈ ਕੇ ਜਾਏਗਾ ਕਿਸਾਨਾਂ ਤੋਂ ਜਿਹੜੇ ਕੁਦਰਤੀ ਖੇਤੀ ਦੇ ਅੱਛੇ ਕਿਸਾਨ ਨੇ ਗੁਰੂ ਕਿਸਾਨ ਨੇ ਜਿਹੜੇ ਬੰਦੇ ਕੁਦਰਤੀ ਖੇਤੀ ਕਰਦੇ ਨੇ ਕਰਦੇ ਜਿਹੜੇ ਸਕਸੈਸਫੁਲ ਹੋ ਗਏ ਨੇ ਉਹ ਅੱਗੇ ਸਕਾਉਂਦੇ ਨੇ ਔਰ ਅਸੀਂ ਇਹਦੇ ਲਈ ਸ਼ਹਿਰਾਂ 'ਚ ਵੀ ਐਕਟੀਵਿਟੀਜ਼ ਕਰਦੇ ਆ ਪਿੰਡਾਂ 'ਚ ਵੀ ਕਰਦੇ ਆ ਕੋਈ ਕਿਸਾਨ ਸਾਨੂੰ ਬੁਲਾਉਂਦਾ ਆ ਕਿ ਵੀ ਅਸੀਂ ਵਰਕਸ਼ਾਪ ਕਰਨੀ ਹੈ ਕੁਦਰਤੀ ਖੇਤੀ ਦੀ ਅਸੀਂ ਬਿਲਕੁਲ ਕਰਵਾਂਗੇ ਅਸੀਂ ਉਹਨਾਂ ਨੂੰ ਅੱਜ ਫਸਲਾਂ ਲਗਾਉਣ ਦਾ ਤਰੀਕਾ ਦੱਸਾਂਗੇ ਜੀ ਫਾਰੀਦ ਕੋ ਜਿਹੜੇ ਮਿਲਟਰੀ ਮੈਂ ਗੱਲ ਕੀਤੀ ਅਸੀਂ ਇਕੱਲੇ ਮੁੱਢਲੇ ਅਨਾਜ ਉਗਾਉਣੇ ਨਹੀਂ ਸਿਖਾਵਾਂਗੇ ਉਹ ਬਣਾ ਕੇ ਖਾਣੇ ਕਿਵੇਂ ਆ ਇਹ ਵੀ ਸਿਖਾਵਾਂਗੇ ਕੁਕਰੀ ਕਲਾਸੇਸ ਵੀ ਇੱਥਾਰੇ ਲੋਕ ਪੰਜਾਬ ਚ ਤਾਂ ਮੈਨੂੰ ਨਹੀਂ ਪਤਾ ਤੁਸੀਂ ਕਦੀ ਕੁਦਰਤੀ ਰੋਟੀ ਖਾਧੀ ਕਿ ਨਹੀਂ ਖਾਧੀ ਹੂੰ ਠੀਕ ਹੈ ਨਾ ਪੰਜਾਬ ਦੇ ਬੜੇ ਲੋਕਾਂ ਨੇ ਕੁਦਰਤੀ ਰੋਟੀ ਨਹੀਂ ਖਾਧੀ ਜੀ ਸਵਾੰਖ ਕੁਟਕੀ ਹਰੀ ਕੰਗਣੀ ਇਹਨੂੰ ਕਿ ਭੁਲ ਗਏ ਨੇ ਅਸੀਂ ਉਹਨਾਂ ਦੀ ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਬਣਾਉਣੀ ਸਿਖਾਣੇ ਆ ਔਰ ਬੀਬੀਆਂ ਨੇ ਤੇ ਭੈਣਾਂ ਨੂੰ ਅਸੀਂ ਟ੍ਰੇਨ ਕਰਦੇ ਆ ਉਹਦੇ ਸਾਡੀਆਂ ਕੁਝ ਬੀਬੀਆਂ ਭੈਣਾਂ ਨੇ ਜਿਹੜੀਆਂ ਆਲਰੇਡੀ ਬਣਾ ਰਹੀਆਂ ਨੇ ਸਾਰੀਆਂ ਚੀਜ਼ਾਂ ਪੋਸ਼ਟਿਕ ਨੇ ਜੀ ਸਰ ਸਭ ਤੋਂ ਜ਼ਿਆਦਾ ਪੋਸ਼ਟਿਕ ਆਈ ਉਹਨੇ ओके ਇਕੱਲੇ ਪੋਸ਼ਟਿਕ ਨਹੀਂ ਹੈਗੇ ਬਹੁਤ ਜ਼ਿਆਦਾ ਪੋਸ਼ਟਿਕ ਨੇ ਹਾਂ ਮਤਲਬ ਇਹ ਵੰਡਰ ਮਿਲਟਸ ਖਾਂਦੇ ਨੇ ਜੀ ਸਰ ਉਹ ਇਦਾਂ ਹੈਗੀ ਤਾਂ ਵੀ ਜੈਵਿਕ ਖੇਤੀ ਦੀ ਜੀ ਮੈਂ ਇੱਕ ਦਸਵਾ ਬਾਬੇ ਨਾਨਕ ਨੇ ਕੁਦਰਤ ਦੀ ਰੋਟੀ ਖਾਧੀ ਸੀ ਪਾਈ ਲਾਲੋ ਦੇ ਘਰ ਜੀ 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 ਇਹ ਕਹਾ ਲੱਖਿਆ ਜੀ ਮੈਂ ਤਾਂ ਇਸੇ ਕਰਕੇ ਨਾ ਅੱਜ ਜੈਵਿਕ ਖੇਤੀ ਦੀ ਗੱਲ ਕਰਨੀ ਸੀ ਤਾਂ ਮੈਂ ਹਰੀ ਕਮੀਜ਼ ਪਾ ਕੇ ਆਇਆ ਵੀ ਚਲੋ ਇਸੇ ਬਹਾਨੇ ਨਾਲ ਇੱਕ ਮੈਸੇਜ ਜਿਹੜਾ ਐ ਐਸੇ ਤੁਸੀਂ ਕਮੀ ਦੀ ਗੱਲ ਕੀਤੀ ਐਵੇਂ ਜਰਾ kurta ਪਾ ਜੀ ਐਸੀ ਜਰਾ ਜੈਤੂਨ ਜਾਂ ਬਠਿੰਡੇ ਜਿਹੜੇ ਸਾਡੀ ਕਿਸਾਨਾਂ ਕੁਦਰਤੀ ਖੇਤੀ ਕਿਸਾਨਾਂ ਦੇ ਜਿਹੜਾ ਆਰਗੈਨਿਕ ਕਾਟਨ ਹੋਇਆ ਆ ਆਰਗੈਨਿਕ ਨਾਨ ਬੀਟੀ ਆਰਗੈਨਿਕ ਬਿਨਾਂ ਰਿਸਪ੍ਰੇਟੋਂ ਇਹ ਉਹ ਰੂਣ ਤੋਂ ਬਣਿਆ ਜੀ ਇਹਦੀ ਕਟਾਈ ਮੇਰੇ ਜਿਹੜਾ ਹੈਗਾ ਕੀ ਕਹਿੰਦੇ ਪਿਸ਼ਨੰਦੀ ਪਿੰਡ ਜਾਂ ਜਿਹੜਾ ਕੋਟਲੀ ਪਿੰਡ ਵਿੱਚ ਕਿਸੇ ਬੀਬੀ ਨੇ ਪਹਿਨੇ ਉਹਨੇ ਚਰਖੇ ਤੇ ਕਤਿਆ ਔਰ ਇਹਦੀ ਬੁਨਾਈ ਵੀ ਇਹ ਇੱਥੇ ਹੀ ਹੋਈ ਹੈ ਜੀ ਇਹ ਮੇਡ ਇਨ ਜੈਤੋ ਕਹਿੰਦੇ ਟੋਟਲੀ ਪਿਓਰ ਪੰਜਾਬ ਦਾ ਕਪੜਾ ਅੱਛਾ ਕੀ ਜੈਵਿਕ ਖੇਤੀ ਦੀ ਜਿਹੜੀ ਜ਼ਿਆਦਾ ਜ਼ਰੂਰਤ ਹੈ ਉਹ ਪੰਜਾਬ ਦੇ ਵਿੱਚ ਹੀ ਹੈ ਜੇ ਆਪਾਂ ਕੰਪੇਅਰ ਕਰੀਏ ਦੂਜੇ ਰਾਜਾਂ ਨਾਲ ਜੈਵਿਕ ਖੇਤੀ ਜ਼ਿੰਦਗੀਆਂ ਮੰਡਨ ਵਾਲੀ ਖੇਤੀ ਹੈ ਜੈਵਿਕ ਖੇਤੀ ਮਤਲਬ ਜ਼ਹਿਰ ਮੁਕਤ ਖੁਰਾਕ ਹੈ ਜੀ ਇਹ ਗੱਲ ਸਮਝ ਲਓ ਕਿਆ ਕਿਸੇ ਖਿੱਤੇ ਨੂੰ ਇੰਜ ਹੋਏਗਾ ਕਿ ਕੋਈ ਖਿੱਤਾ ਐਸਾ ਹੋਏਗਾ ਜਿਹੜਾ ਕਹੇਗਾ ਨਹੀਂ ਜੀ ਅਸੀਂ ਫਸਲ ਉਗਾਵਾਂਗੇ ਪਰ ਫਸਲ ਰੋਟੀ ਨਹੀਂ ਦੇਗੀ ਖੁਰਾਕ ਨਹੀਂ ਦੇਗੀ ਔਰ ਜੋ ਖੁਰਾਕ ਹੈ ਉਹ ਸੇਤ ਨਹੀਂ ਦੇਗੀ ਸੇਤ ਇਹ ਨਹੀਂ ਉਸਨ ਸਰ ਖੇਤੀ ਦਾ ਮਤਲਬ ਖੁਰਾਕ ਹੈ ਖੁਰਾਕ ਦਾ ਮਤਲਬ ਪੋਸ਼ਣ ਤੇ ਸੇਤ ਹੈ ਨਿਊਟ੍ਰੀਸ਼ਨ ਐਂਡ ਹੈਲਥ ਹੈ ਸੋ ਪੂਰੀ ਦੁਨੀਆ ਨੂੰ ਲੋੜ ਹੈ ਖੁਰਾਕ ਦੀ ਕੁਦਰਤੀ ਖੇਤੀ ਦੀ ਜੀ ਔਰ ਹਿੰਦੁਸਤਾਨ ਨੂੰ ਖਾਸ ਕਰਕੇ ਪੰਜਾਬ ਨੂੰ ਮੇਰੀ ਤਾਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਹਰ ਸਾਲ 10% ਪੈਸਟੀਸਾਈਡ ਘਟਾਏ ਜਾਣ 10 ਸਾਲਾਂ ਦੇ ਵਿੱਚ ਅਸੀਂ ਸਾਰਾ ਹਿੰਦੁਸਤਾਨ ਆਰਗੇਨਿਕ ਕਰ ਦਈਏ ਪੰਜਾਬ ਆਰਗੇਨਿਕ ਕਰ ਦਈਏ ਹਸਪਤਾਲ ਨਵੇਂ-ਨਵੇਂ ਖੋਲ ਰਹੀਆਂ ਪੀਜੀਆਈ ਦੇ ਸੈਟੇਲਾਈਟ ਸੈਂਟਰ ਖੋਲ ਰਹੀਆਂ ਐਮਸ ਜਗ੍ਹਾ-ਜਗਾਹ ਖੋਲ ਰਹੀਆਂ ਨਵੇਂ-ਨਵੇਂ ਕੈਂਸਰ ਹਸਪਤਾਲ ਖੋਲ ਰਹੀਆਂ ਨਵੇਂ-ਨਵੇਂ ਅਸੀਂ ਵਾਰਡ ਖੋਲ ਰਹੀਆਂ ਉਹ ਪੰਜਾਬ ਦੀ ਤਰੱਕੀ ਦੇ ਲਈ ਕੈਂਸਰ ਹਸਪਤਾਲ ਦੀ ਗਿਣਤੀ ਵਧਣੀ ਇਹ ਪੰਜਾਬ ਦੀ ਤਰੱਕੀ ਨਹੀਂ ਹੈਗੀ ਸਰ ਇਹ ਵੀ ਮੰਫੀ ਹੋ ਜਾਣਗੇ ਫਿਰ ਜੇ ਅਸੀਂ ਸਿਹਤ ਪ੍ਰਤੀ ਜਾਗਰੂਕ ਹੋ ਜਾਾਂਗੇ ਜੇ ਅਸੀਂ ਸਾਰੇ ਸਿਹਤਮੰਦ ਹੀ ਹੋ ਜਾਾਂਗੇ ਚੰਗਾ ਸਾਡਾ ਕੌਣ ਹੈ ਜਿਹੜੀ ਸਿਹਤ ਦੇਣ ਵਾਲੀ ਹੋਵੇ ਚਾਹੇ ਵੀ ਖੇਤੀ ਦੀਆਂ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਆਉ ਸਭ ਤੋਂ ਵੱਡੀ ਸਮੱਸਿਆ ਤਾਂ ਜੈਵਿਕ ਖੇਤੀ ਦੇ ਕਿ ਸਰਕਾਰਾਂ ਨੂੰ ਜਿਵੇਂ ਸਹਿਯੋਗ ਕਰਨਾ ਚਾਹੀਦਾ ਸੀ ਉਹ ਵੀ ਨਾ ਸਰਕਾਰਾਂ ਨੇ ਸਹਿਯੋਗ ਅੱਭੀ ਜਿਹਨੂੰ ਕਹਿੰਦੇ ਮੇਨ ਸਟ੍ਰੀਮਿੰਗ ਜਿਹਨੂੰ ਕਹਿੰਦੇ ਆ ਉਹ ਨਹੀਂ ਹੋਇਆ ਆਈ ਸੌਰੀ ਟੂ ਸੇ ਸਰਕਾਰੀ ਚੈਨਲ ਤੇ ਬਹਿ ਕੇ ਮੈਂ ਕਹਿ ਰਿਹਾ ਪਰ ਮੇਰੇ ਕੋਲ ਆਵਾਜ਼ ਇਹ ਉਠਣੀ ਚਾਹੀਦੀ ਹੈ ਐਗਰੀਕਲਚਰ ਯੂਨੀਵਰਸਿਟੀਆਂ ਉਹਦੇ ਤੇ ਉਸ ਪ੍ਰਕਾਰ ਰਿਸਰਚ ਨਹੀਂ ਕਰ ਰਹੀਆਂ ਉਹਨਾਂ ਨੇ ਇੱਕ ਡਿਪਾਰਟਮੈਂਟ ਛੋਟਾ ਮੋਟਾ ਬਣਾਤਾ ਸਕੂਲ ਆਫ ਆਰਗੇਨਿਕ ਫਾਰਮਿੰਗ ਬਣਾਤਾ ਪਰ ਮੇਨ ਰਿਸਰਚ ਜਿਹੜੀ ਹੈ ਗਿਜਰੀਪੁਰ ਐਜੂਕੇਸ਼ਨ ਐ ਐਗਰੀਕਲਚਰ ਦੀ ਉਹਦੇ ਵਿੱਚ ਆਰਗੇਨਿਕ ਫਾਰਮਿੰਗ ਨੂੰ ਹਜੇ ਵੀ ਜ ਕਿਸਾਨਾਂ ਨੂੰ ਮਾਰਕੀਟਿੰਗ 'ਚ ਦਿੱਕਤ ਆ ਰਹੀ ਹੈ। ਨੰਬਰ 3 ਸਮਾਜ ਨੂੰ ਜਾਗਰੂਕ ਨਹੀਂ ਹੈਗਾ। ਕਿਸਾਨ ਜਿਹੜਾ ਹੈ ਮੇਰਾ ਬਲਜੀਤ ਸਿੰਘ ਬੰਗਾ ਇੱਥੇ ਨੇੜੇ ਦਾ ਕਿਸਾਨ ਜਾਂ ਮੇਰੇ ਸ਼ੇਰ ਸਿੰਘ ਕਿਸਾਨ ਹੈਗੇ ਨੇ ਨਕਦਰ ਦੇ ਉਹ ਸਬਜ਼ੀ ਉਹ ਆਂਦੇ ਨੇ। ਜੀ ਤੇ ਕਿਸਾਨ ਉਹ ਮਾਰਕੀਟ 'ਚ ਜਾਂਦੇ ਨੇ ਤਾਂ ਲੋਕੀ ਕਹਿੰਦੇ ਨੇ ਯਾਰ ਮਹਿੰਗੀ ਕਿਵੇਂ ਗਈ ਆ? ਐਂਕੀ ਲੋਕੀ ਪੁੱਛਦੇ ਨੇ। ਉਹਨੂੰ ਨਾ ਹੀ ਪਤਾ ਕਿ ਇਸ ਤੇ ਉਹਨੇ ਹਰਬੀਸਾਈਡ ਨਦੀਨ ਅਸ਼ਕ ਸਪਰੇ ਨਹੀਂ ਕੀਤਾ। ਨਦੀਨ ਅਸ਼ਕ ਸਪਰੇ ਕਰਨ ਦੀ ਥਾਂ ਤੇ ਉਹਨੇ ਗੁੜਾਈ ਕੀਤੀ ਹੈ। ਗੁੜਾਈ ਕਰਨ ਲਈ ਉਹਨੇ ਮਜ਼ਦੂਰ ਲਾਏ ਨੇ ਜਿਹੜੇ 2 ਘੰਟਿਆਂ 'ਚ ਕੰਮ ਕੀਤਾ। ਤੇ ਜੇ ਕੋਈ ਕੈਮੀਕਲ ਖੇਤੀ ਕਰਦਾ ਹੋਵੇ ਉਹ ਨਦੀਨਾਸ਼ਕ ਮਾਰਦਾ ਉਹ ਬਾਅਦ ਨਦੀਨਾਸ਼ਕ ਤੁਹਾਨੂੰ ਪਰ ਕੈਂਸਰ ਕਰੇ ਜਾਂ ਤੁਹਾਡੀ ਜਿਹਨੂੰ ਤੁਹਾਨੂੰ ਸਪਰਮ ਕਾਊਂਟ ਤੁਹਾਡਾ ਖਤਮ ਕਰੇ ਉਹ ਗੱਲ ਨਹੀਂ ਹੈ ਉਹ 2 ਘੰਟੇ ਦੇ ਵਿੱਚ ਹੋ ਜਾਏਗਾ ਮਤਲਬ ਸੇਫ ਫੂਡ ਜਿਹੜੀ ਮੂਵਮੈਂਟ ਹੈਗੀ ਆ ਉਹਦੇ ਵਿੱਚ ਆਮ ਸਮਾਜ ਨੂੰ ਸੇਵ ਕਰਨਾ ਪਏਗਾ ਹਰ ਆਦਮੀ ਜੋ ਜੋ ਰੋਟੀ ਖਾਂਦਾ ਹੈ ਉਹ ਕਿਸਾਨ ਦਾ ਰਿਣੀ ਹੈ ਔਰ ਹਰ ਆਦਮੀ ਜੋ ਰੋਟੀ ਖਾਂਦਾ ਹੈ ਇਹ ਚੀਜ਼ਾਂ ਜਿਹੜੀਆਂ ਇੱਕ ਲਾਈਨ ਪੂਰੀ ਕਰਨਾ ਹਰ ਕਿਸਾਨ ਨੂੰ ਹਰ ਵਿਅਕਤੀ ਨੂੰ ਫੈਮਿਲੀ ਡਾਕਟਰ ਨਹੀਂ ਫੈਮਿਲੀ ਫਾਰਮਰ ਬਣਾਉਣੀ ਚਾਹੀਦੀ ਹੈ ਜੀ ਮਤਲਬ ਆਪਣੇ ਆਪ ਦੇ ਵਿੱਚ ਹੀ ਉਹ ਜਿਹੜਾ ਹੈ ਨਾ ਬੰਦਾ ਜੇ ਉਹ ਜੈਵਿਕ ਖੇਤੀ ਕਰਦਾ ਆ ਉਹ ਹਰ ਘਰ ਦਾਜ ਬਾਸ਼ੰਦਾ ਹੋ ਸਕਦਾ ਹਰ ਜਿਹੜਾ ਨਾਗਰਿਕ ਹੋ ਸਕਦਾ ਉਹ ਤੰਦਰੁਸਤ ਤਾਂ ਹੀ ਰਹਿ ਸਕਦਾ ਜੇ ਉਹ ਵਧੀਆ ਵਧੀਆ ਖੁਰਾਕ ਖਾਵੇ ਜੈਵਿਕ ਖੇਤੀ ਨਾਲ ਤਿਆਰ ਕੀਤੀਆਂ ਹੋਈਆਂ ਸਬਜ਼ੀਆਂ ਫਲ ਫਰੂਟ ਉਹ ਸਭ ਕੁਝ ਜੇ ਸੇਵਨ ਕਰੇ ਤਾਂ ਸੇਫ ਫੂਡ ਮੂਵਮੈਂਟ ਇੱਕ ਉਹਦੇ ਵਿੱਚ ਕੰਟਰੀਬਿਊਟ ਤਾਂ ਹੀ ਅਸੀਂ ਕਰ ਸਕਦੇ ਹਰ ਆਦਮੀ ਜਿਹੜਾ ਨਾਗਰਿਕ ਹੈ ਆਮ ਨਾਗਰਿਕ ਹੈ ਜਿਹੜਾ ਖੇਤ ਨਹੀਂ ਹੈਗਾ ਉਹ ਲੱਭੇ ਉਹਦੇ ਆਸ-ਪਾਸ ਕੁਦਰਤੀ ਖੇਤੀ ਕਰਨ ਵਾਲਾ ਕਿਸਾਨ ਕੌਣ ਹੈ ਉਹਦੀ ਬਾਹ ਫੜੇ ਸਹਿਯੋਗ ਕਰੇ ਕਿ ਭਾਈ ਤੂੰ ਕੁਦਰਤੀ ਖੇਤੀ ਕਰ ਤੈਨੂੰ ਮੈਂ ਪਾ ਦੇਵਾਂਗਾ ਤੇਰੇ ਲਈ ਮੈਂ ਗਾ ਇਕੱਠੇ ਕਰਾਂਗਾ ਤੇਰਾ ਸਮਾਨ ਮਾਰਕੀਟਿੰਗ 'ਚ ਖਰਾਬ ਨਹੀਂ ਹੋਏਗਾ ਉਹਦੀ ਮੈਂ ਜਿੰਮੇਦਾਰ ਸਮਾਜ ਨੂੰ ਚਾਹੀਦਾ ਨਾ ਲੋਕੀ ਬਾਚ ਹਸਪਤਾਲ ਇੱਕ ਮਿੰਟ ਲੋਕੀ ਜਾ ਕੇ ਹਸਪਤਾਲਾਂ 'ਚ ਬਾਅਦ ਚ ਲਾਈਨ ਲਗਾਉਂਦੇ ਨੇ ਉਹ ਟੈਸਟ ਕੈਂਸਰ ਲੱਗੇ ਲੈਂਦੇ ਨੇ ਲਾਈਨਾਂ 'ਚ ਉਹ ਕਿਸਾਨਾਂ ਕੋਲ ਚਲੇ ਜਾ ਬਈ ਪਰ ਪੈਰਾਂ ਨੂੰ ਮਿੱਟੀ ਲੱਗੇਗੀ ਕੁਦਰਤ ਦੇ ਨਾਲ ਰੋਗੇ ਇਹ ਬਲੀਹਾਰੀ ਕੁਦਰਤ ਵਸਿਆ ਤੇਰਾ ਅੰਦਰ ਦਾ ਲਖਿਆ ਬਾਬੇ ਨੇ ਕਿਹਾ ਬਾਬਾ ਨਾਨਕ ਕਹਿੰਦਾ ਰਹਿ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੀ ਆਪਾਂ ਰੋਜ਼ ਸ੍ਰੀ ਗੁਰਦੁਆਰਾ ਸਾਹਿਬ ਤੋਂ ਸੁਣਦੇ ਆਂ ਆਈ ਜ਼ਿੰਦਗੀ ਜੁੜਾਰੀ ਹੈ ਨਾ ਨੂੰ ਆਪਾਂ ਨੈਤਿਕਤਾ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਸਕਦੇ ਆਂ ਪਰ ਜੇ ਅਸੀਂ ਪ੍ਰੈਕਟੀਕਲੀ ਇਸ ਚੀਜ਼ ਦਾ ਇਹਨੂੰ ਦੇਖੀਏ ਪੰਜਾਬ ਦਾ ਮਾਡਲ ਹੁਣ ਬਦਲਣ ਦੀ ਜ਼ਰੂਰਤ ਹੈ ਆਪਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣਾ ਹੈ ਜੀ ਔਰ ਪੰਜਾਬ ਉਹ ਚਾਹੀਦਾ ਜਿਸ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਸ ਪੰਜਾਬ ਨੂੰ ਜਿੰਦਾ ਰਹਿਣਾ ਚਾਹੀਦਾ ਹੈ ਸਮਾਜਿਕ ਤੌਰ ਤੇ ਚਾਹੀਦਾ ਤਾਕਤਵਰ ਪਰ ਉਹਦੇ ਦੀ ਪੰਜਾਬ ਨੂੰ ਕੁਦਰਤ ਨਾਲ ਜੋੜਨਾ ਪਏਗਾ ਕੁਦਰਤੀ ਖੇਤੀ ਨਾਲ ਜੁੜਨਾ ਪਏਗਾ ਜੀ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਔਰ ਕੁਦਰਤੀ ਖੇਤੀ ਦੇ ਨਾਲ ਕਿਵੇਂ ਜੋੜੇ ਜਾਵੇ ਹੋਕਾ ਦਈਏ ਆਪਾਂ ਘਰ ਘਰ ਜਾ ਕੇ ਜਾਂ ਫਿਰ ਜਿਹੜਾ ਅਸੀਂ ਮਾਧਿਅਮ ਬਣਾਇਆ ਇਹਦੇ ਵਿੱਚ ਦੀ ਮੇਰਾ ਕਹਿਣਾ ਹੈਗਾ ਐ ਟੀਵੀ ਵੀ ਮਾਧਿਅਮ ਹੈਗਾ ਜੀ ਮੇਰਾ ਕਹਿਣਾ ਹੈ ਹਰ ਆਦਮੀ ਤੈਅ ਕਰੇ ਕਿ ਮੈਂ ਆਰਗੇਨਿਕ ਖਾਣਾ ਔਰ ਖੇਤੀ ਵਿਰਾਸਤ ਮਿਸ਼ਨ ਨਾਲ ਸੰਬੰਧ ਕਰ ਲੇ ਸਾਡੇ ਸਬਜ਼ੇ ਦਾ ਸਾਡੇ ਕਿਸਾਨ ਸਾਥੀ ਨੇ ਆਸ-ਪਾਸ ਹੀ ਨੇ ਹੋਰ ਵੀ ਜਿੱਥੇ ਬੰਦੀਆਂ ਕੰਮ ਕਰ ਰਹੀਆਂ ਨੇ ਇੱਕ ਟਾਈਮ ਤਾਂ ਸ਼ੁਰੂ ਕਲਾ ਖੇਤੀਬਾੜੀ ਮਸ਼ੀਨ ਨਹੀਂ ਸੀ ਹੁਣ ਹੋਰ ਵੀ ਕਿਹਨੋਂ ਕੰਮ ਕਰ ਰਹੇ ਨੇ ਉਹ ਉਹਨਾਂ ਦੇ ਥਰੂ ਕਿਸਾਨ ਨਾਲ ਸੰਪਰਕ ਕਰਨ ਕਿਸਾਨਾਂ ਦੇ ਨਾਲ ਜੋੜਨ ਔਰ ਆਪਣੇ ਖੇਤ ਵਿੱਚ ਜਰ ਖੇਤ ਹੈਗਾ ਖੇਤ ਗੁਦਰਤੀ ਖੇਤੀ ਕਰਨ ਆਪਣੇ ਘਰ ਦੀ ਛੱਤ ਉੱਤੇ ਜਾਂ ਥੱਲੇ ਗੁਦਰਤੀ ਖੇਤੀ ਦੀ ਬਗੀਚੀ ਉਗਾਨ ਜੀ ਔਰ ਮਿਲਟਸ ਖਾਣੇ ਸ਼ੁਰੂ ਕਰ ਉਹ ਖੁਰਾਕ ਖਾਣੀ ਸ਼ੁਰੂ ਕਰ ਜਿਹੜੀ ਸੇਦ ਦੇਣ ਵਾਲੀ ਹੈ ਸੇਦ ਦੇਣ ਵਾਲੀ ਹੈ ਪਰਾਲੀ ਨੂੰ ਅੱਗ ਲਾਉਣੀ ਜਿਹੜੀ ਹੈਗੀ ਉਹ ਬੰਦ ਕਰਾਉਣੀ ਹੈ ਪਰਾਲੀ ਅੱਗ ਨਹੀਂ ਲਾਉਂਦਾ ਸਾਡੇ ਨਾਲ ਜੁੜਾ ਜੀ ਕੋਈ ਕਿਸਾਨ ਅੱਗ ਨਹੀਂ ਲਾਉਂਦਾ ਪਰਾਲੀ ਬਦਲਵੇਂ ਦੇਖੋ ਇਹਦੇ ਜਿਹੜੇ ਹੈਗੇ ਨਾ ਇਹ ਬਦਲਵੇਂ ਸਰੋਤ ਕੱਢਣ ਦੀ ਜ਼ਰੂਰਤ ਆ ਸਿੱਧੀ ਬਜਾਈ ਕਰਨ ਦੀ ਜ਼ਰੂਰਤ ਆ ਆਪਾਂ ਹਰ ਪਹਿਲ ਨੂੰ ਲੈ ਕੇ ਅੱਜ ਤੁਰੇ ਆ ਪਰ ਜਾਂਦੇ ਜਾਂਦੇ ਹੁਣ ਜਿਵੇਂ 2-3 ਮਿੰਟ ਦਾ ਤਾਂ ਸਮਾਂ ਰਹਿ ਗਿਆ ਹੈ ਨਾ ਜੀ ਉਹਦੇ ਵਿੱਚ ਵਿੱਚ ਤੁਹਾਡੇ ਕੋਲ ਇਹ ਪੁੱਛ ਲਈਏ ਵੀ ਹੁਣ ਜਾਂਦੇ ਜਾਂਦੇ ਕੀ ਸੰਦੇਸ਼ ਹੈ ਜਾਗਰੂਕ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿ ਕਿ ਪਰਾਲੇ ਕੀਤੇ ਜਾ ਸਕਦੇ ਮੈਂ ਕਹਾਂਗਾ ਕਿ ਜਿਨਨੇ ਇਹ ਲੋਕ ਨੇ ਜਿਹੜੇ ਜਿਹੜੇ ਖੁਰਾਕ ਖਾਂਦੇ ਨੇ ਉਹਨਾਂ ਨੂੰ ਇੱਕ ਉਹਨਾਂ ਦੀ ਜ਼ਿੰਮੇਵਾਰੀ ਆਪਣੇ ਬੱਚਿਆਂ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਆਪਣੇ ਸਮਾਜ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਵਾਤਾਵਰਨ ਦੇ ਪ੍ਰਤੀ ਔਰ ਉਸ ਜ਼ਿੰਮੇਵਾਰੀਆਂ ਨੂੰ ਬੰਨ੍ਹਦੇ ਵਾਸਤੇ ਕੁਦਰਤੀ ਖੇਤੀ ਨਾਲ ਜੁੜਨ ਦੀ ਲੋੜ ਹੈ ਕੁਦਰਤੀ ਖੇਤੀ ਰਿਹਾਂਸ ਪ੍ਰਯੰਧੇ ਇਸਤੇਮਾਲ ਨਹੀਂ ਕਰਦੀ ਕੁਦਰਤੀ ਖੇਤੀ ਪਾਣੀ ਦਾ ਘੱਟ ਇਸਤੇਮਾਲ ਕਰਦੀ ਹੈ ਪਾਣੀ ਬਚਾਉਂਦੀ ਹੈ ਔਰ ਕੁਦਰਤੀ ਖੇਤ ਜਿਹੜਾ ਹੈਗਾ ਉਮੀਂ ਦੇ ਪਾਣੀ ਨੂੰ ਜ਼ਮੀਨ ਦੇ ਹਿੱਟਾਂ ਲੈ ਕੇ ਜਾਂਦਾ ਕੁਦਰਤੀ ਖੇਤ ਦੇ ਵਿੱਚ ਤੁਹਾਨੂੰ ਪੰਛੀ ਮਿਲਣਗੇ ਗੰਡੋਏ ਮਿਲਣਗੇ ਜੁਗਨੂ ਮਿਲਣਗੇ ਬਹੁਤ ਜੀਵ ਜੰਤ ਮਿਲਣਗੇ ਸੋ ਕੁਦਰਤੀ ਖੇਤੀ ਤੇ ਜੋੜਨ ਦੀ ਲੋੜ ਹੈ ਔਰ ਉਹਦੇ ਲਈ ਜ਼ਰੂਰੀ ਹੈ ਵਾ ਤੁਸੀਂ ਕੁਦਰਤੀ ਖੇਤੀ ਦਾ ਸਮਾਨ ਖਾਣਾ ਸ਼ੁਰੂ ਕਰੋ ਕਿਸਾਨ ਦੀ ਬਾਫੜੋ ਫੈਮਿਲੀ ਫਾਰਮਰ ਅਪਣਾਓ ਜਗਾ ਜਗਾ ਮੰਡੀਆਂ ਲੱਗਦੀਆਂ ਕੁਦਰਤੀ ਕਿਸਾਨ ਹੱਟ ਥਾਂ ਥਾਂ ਤੇ ਸਾਡੀਆਂ ਲੱਗਦੀਆਂ ਨੇ ਹੋਰ ਵੀ ਕਈ ਲੋਕ ਇਹ ਕੰਮ ਕਰ ਰਹੇ ਨੇ ਜੀ ਉਹਨਾਂ ਨੂੰ ਸਹਿਯੋਗ ਕਰੋ ਉਹਨਾਂ ਕੋਲ ਜਾਓ ਕੁਦਰਤ ਨਾਲ ਜੁੜੋ ਕੁਦਰਤ ਨੂੰ ਬਚਾਓ ਪੰਜਾਬ ਨੂੰ ਬਚਾਓ ਮੁੱਖੀ ਗੱਲ ਇਹ ਹੈ ਕਿ ਜੇ ਅਸੀਂ ਕੁਦਰਤ ਨਾਲ ਜੁੜ ਜਾਾਂਗੇ ਜੇ ਅਸੀਂ ਚੰਗੇ ਖਾਣ ਪੀਣ ਦੇ ਨਾਲ ਜੁੜ ਜਾਾਂਗੇ ਤਾਂ ਫਿਰ ਅਸੀਂ ਪੰਜਾਬ ਵੀ ਬਚਾ ਸਕਦੇ ਹਾਂ ਆਪਣੇ ਅੰਦਰਲਾ ਜਿਹੜਾ ਪੰਜਾਬ ਹੈ ਉਹ ਵੀ ਬਚਾ ਸਕਦੇ ਆ ਤੇ ਅਸੀਂ ਤੰਦਰੁਸਤ ਪੰਜਾਬ ਵੀ ਬਚਾ ਸਕਦੇ ਆ ਸਰ ਸਰਬਤ ਦੇ ਭਲੇ ਦੀ ਗੱਲ ਤਾਂ ਹੀ ਹੁੰਦੀ ਆ ਅਰਦਾਸ ਤਾਂ ਹੀ ਕਰ ਸਕਦੇ ਆ ਅਸੀਂ ਬਿਲਕੁਲ ਜੀ ਔਰ ਇੰਨਾ ਵਧੀਆ ਜਿਹੜੀ ਹੈ ਨਾ ਉਹ ਜਾਣਕਾਰੀ ਦਿੱਤੀ ਆ ਤੁਸੀਂ ਔਰ ਜੇ ਅਸੀਂ ਇਸ ਮਹਿਮ ਨੂੰ ਅੱਗੇ ਤੋਰ ਲਿਆ ਤੇ ਸਮਝੋ ਕਿ ਅਸੀਂ ਸਫਲਤਾ ਕਰਾਂਗਾ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਖੇਤੀ ਵਿਰਾਸਤ ਮਿਸ਼ਨ ਦੀ ਵੈਬਸਾਈਟ ਤੇ ਅਗਰ ਕੰਟੈਕਟ ਕਰਦੇ ਨੇ ਸਾਡੇ ਨਾਲ ਅਸੀਂ ਉਹਨਾਂ ਨੂੰ ਹਰ ਤਰ੍ਹਾਂ ਨਾਲ ਹੱਥ ਜੋੜ ਕੇ ਸਿਰ ਨਿਵਾ ਕੇ ਕੁਦਰਤੀ ਖੇਤੀ ਅਪਣਾਉਣ ਦੇ ਲਈ ਜਾਂ ਕੁਦਰਤੀ ਘਰੀਲੂ ਬਗੀਚੀ ਕਿਚਨ ਗਾਰਡਨ ਅਪਣਾਉਣ ਲਈ ਸਹਾਇਤਾ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦੇ ਵਾਸਤੇ ਔਰ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਉਮੇਂਦਰ ਦਰਪਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਮੈਂ ਬਹੁਤ ਬਹੁਤ ਦੂਰਦਰਸ਼ਨ ਦਾ ਸ਼ੁਕਰੀਆ ਦਾ ਕਰਦਾ ਜੀ ਸਾਨੂੰ ਮੌਕਾ ਦਿੱਤਾ ਸ਼ੁਕਰੀਆ ਜੀ